ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਪੀ ਆਰ ਦੀ ਨਵੀਂ ਵੈਰਾਈਟੀ ਨਵੀਂ ਕਿਸਮ ਪੀ ਆਰ 131 ਬਾਰੇ ਕਿਸਾਨ ਵੀਰੋ ਇੱਥੇ ਮੈਂ ਦੱਸਦਾ ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਾਂਗਾ ਜੋ ਕਿ ਪੰਜਾਬ ਦੇ ਵਿੱਚ ਇਸ ਵਾਰ ਇੱਕ ਬੌਣੇ ਬੂਟੇ ਜਿਨ੍ਹਾਂ ਦੀ ਹਾਈਟ ਬਹੁਤ ਛੋਟੀ ਰਹੇਗੀ ਖੇਤ ਬਿਲਕੁਲ ਕਈਆਂ ਕਿਸਾਨ ਵੀਰਾਂ ਦੀ ਤਬਾਹ ਹੋ ਗਏ ਤੇ ਇੱਕ ਵਾਇਰਸ ਦਾ ਇਹ ਕਾਰਨ ਬਣਿਆ ਜੋ ਕਿ ਪੀ ਆਰ ਦੀ ਵੈਰਾਈਟੀਆਂ ਨੇ ਚਾਹੇ ਬਾਸਮਤੀ ਦੀਆਂ ਵੈਰਾਈਟੀਆਂ ਨੇ ਸਭ ਵੈਰਾਈਟੀਆਂ ਦੇ ਵਿੱਚ ਇਹ ਬਿਮਾਰੀ ਆਈ ਹੈ ਤਾਂ ਕਿਸਾਨ ਵੀਰੋ ਇਹ ਮੈਂ ਅੱਜ ਆਪਣੇ ਖੇਤ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਪੀ ਆਰ 131 ਦੀ ਸਾਡੇ ਖੇਤਾਂ ਦੇ ਵਿੱਚ ਕੋਈ ਵੀ ਐਸੀ ਕੋਈ ਬਿਮਾਰੀ ਨਹੀਂ ਆਈ ਬੋਨੇ ਬੂਟੇ ਵਾਲੀ ਮੈਂ ਤੁਹਾਨੂੰ ਇਹ ਸਾਰਾ ਖੇਤ ਵਿੱਚ ਵੜ ਕੇ ਦਿਖਾਉਂਗਾ ਕਿ ਕਿਤੇ ਤੁਹਾਨੂੰ ਇੱਕ ਬੂਟਾ ਵੀ ਨਜ਼ਰ ਨਹੀਂ ਆਵੇਗਾ ਔਰ ਤੁਹਾਨੂੰ ਸਿਰਫ ਦਾਣੇ ਹੀ ਦਾਣੇ ਦਿਖਾਈ ਦੇਣਗੇ ਤਾਂ ਕਿਸਾਨ ਵੀਰੋ ਇੱਕ ਹੋਰ ਗੱਲ ਮੈਂ ਕਹਿਣਾ ਚਾਹਨਾ ਕਿ ਇੱਥੇ ਮੈਂ YouTube ਤੇ ਜਿੰਨੀਆਂ ਵੀ ਵੀਡੀਓ ਪਾਉਣਾ ਉਹ ਸਿਰਫ ਮੈਂ ਆਪਣੇ ਜੋ ਸੀਡ ਪlant ਦੇ ਆਪਣੀ ਬੀਜ ਕੰਪਨੀ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਪ੍ਰਮੋਟ ਕਰਦਾ ਤੇ ਚੰਗੇ ਬੀਜ ਜਿਹੜੇ ਹੁੰਦੇ ਨੇ ਜਿਹੜੇ ਕਿ ਕਿਸਾਨਾਂ ਦੇ ਹਿੱਤ ਵਿੱਚ ਚੰਗੇ ਸਹੀ ਰਹਿਣਗੇ ਵੀ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਉਹਨਾਂ ਹੀ ਬੀਜਾਂ ਦੀ ਆਪਾਂ ਰਿਪੋਰਟ ਜਿਹੜੀ ਹੈ ਉਹ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਨੇ ਆ ਤੇ ਆਪਾਂ ਆਪਣੀ ਕੰਪਨੀ ਦੀ ਐਡ ਵੀ ਕਰਦੇ ਆ ਇਸ YouTube ਚੈਨਲ ਤੇ ਤਾਂ ਆਓ ਗੱਲਬਾਤ ਕਰਦੇ ਆ PR131 ਬਾਰੇ ਕਿਸਾਨ ਵੀਰੋ ਪੁਰਾਣੀ ਕਿਸਮ ਜਿਹੜੀ PR114 ਸੀ ਖਾਸ ਕਰ ਹਰਿਆਣੇ ਦੇ ਵਿੱਚ ਇੰਨੀ ਪ੍ਰਚਲਿਤ ਸੀ ਕਿ ਇੰਨੀ ਜ਼ਿਆਦਾ ਹਰਿਆਣੇ ਦੇ ਕਿਸਾਨ ਇਸ ਨੂੰ ਪਸੰਦ ਕਰਦੇ ਸੀ ਕਿਉਂਕਿ ਜਿਵੇਂ ਕਿ ਪੂਸਾ 44 ਹੈ ਸੈਲਰ ਵਾਲੇ ਪੂਸਾ ਚਵਾਲੀ ਨੂੰ ਸਭ ਤੋਂ ਵਧੀਆ ਭੱਜ ਕੇ ਖਰੀਦਦੇ ਨੇ ਕਿਉਂਕਿ ਇਹਦਾ ਜਿਹੜਾ ਦਾਣਾ ਹੁੰਦਾ ਬਹੁਤ ਵਧੀਆ ਹੁੰਦਾ ਤੇ ਸਿਲਕਾ ਘੱਟ ਹੁੰਦਾ ਹੈ ਕਿ ਚਾਵਲ ਜ਼ਿਆਦਾ ਨਿਕਲਦਾ ਹੈ ਤਾਂ PR 114 ਵੀ ਇੱਕ ਐਸੀ ਵੈਰਾਈਟੀ ਸੀਗੀ ਜਿੰਦਾ ਕਿ ਰੇਟ ਐਮਐਸਪੀ ਤੋਂ ਵੀ 100 ਰੁਪਏ ਵੱਧ ਜਿਹੜੇ ਕਿ ਸੈਲਰਾਂ ਵਾਲੇ ਲੈ ਆਉਂਦੇ ਸੀ ਉਸ ਨੂੰ ਖਰੀਦਦੇ ਸੀ ਔਰ ਬੜਾ ਭੱਜ ਕੇ ਇਹਨੂੰ ਖਰੀਦਦੇ ਸੀ ਤਾਂ ਇਹ ਜਿਹੜੀ PR131 ਵੈਰੈਟੀ ਹੈ ਇਹ PR114 ਦੀ ਸੋਧ ਹੈ ਝਾੜ PR114 ਨਾਲੋਂ ਜ਼ਿਆਦਾ ਹੈ ਤੁਸੀਂ ਆ ਵੀਡੀਓ 'ਚ ਦੇਖ ਰਹੇ ਹੋ ਤੁਹਾਨੂੰ ਕਿਤੇ ਵੀ ਜਿਹੜਾ ਨਾੜ ਹੈ ਉਹ ਤੁਹਾਨੂੰ ਕਾਲਾ ਦਿਖਾਈ ਨਹੀਂ ਦੇਗਾ PR114 ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਿਮਾਰੀ ਆਉਂਦੀ ਸੀ ਨਾੜ ਕਾਲਾ ਹੋ ਜਾਣਾ ਤੇ ਦਾਣਿਆਂ ਦਾ ਕਾਲਾ ਹੋ ਜਾਣਾ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਈ ਜਗ੍ਹਾ ਤੇ ਦਿਖਾਉਂਗਾ ਕਿ ਦਾਣੇ ਬਿਲਕੁਲ ਸੁਨਹਿਰੀ ਕਲਰ ਦੇ 골ਡਨ ਕਲਰ ਦੇ ਵਧੀਆ ਸੋਹਣੇ ਦਾਣੇ ਨੇ ਤੇ ਨਾੜ ਜਿਹੜਾ ਇਹਦਾ ਉਹ ਵੀ ਕਿਤੇ ਵੀ ਬਰਾਊਨ ਕਲਰ ਦਾ ਨਹੀਂ ਹੋਇਆ ਜਿਵੇਂ ਕਿ PR114 ਦੇ ਵਿੱਚ ਹੋ ਜਾਂਦਾ ਸੀ ਤਾਂ ਇਹਦਾ ਦਾਣਾ ਜਿਹੜਾ ਹੈ ਉਹ ਬਿਲਕੁਲ ਸੇਮ PR114 ਵਾਂਗੂ ਹੀ ਹੀ ਹੈ ਔਰ ਇਸ ਦੀ ਜਿਹੜੀ ਸੋਧ ਕੀਤੀ ਗਈ ਉਹ ਵੀ PR114 ਦੀ ਚੋਈ ਕੀਤੀ ਗਈ ਹੈ ਦਾਣਾ ਬਿਲਕੁਲ ਸੇਮ ਹੈ ਟਾਈਮ ਜਿਹੜਾ ਉਹ ਵੀ ਬਿਲਕੁਲ ਸੇਮ ਹੈ ਓਨੇ ਦਿਨਾਂ ਚ ਹੀ ਇਹ ਇਹ ਵੈਰਾਈਟੀ ਵੀ ਪੱਕਦੀ ਹੈ ਤਾਂ ਕਿਸਾਨ ਵੀਰੋ ਕੋਈ ਇਹਦੇ ਵਿੱਚ ਬਿਮਾਰੀ ਨਹੀਂ ਆਈ ਆ ਮੈਂ ਸਾਰਾ ਖੇਤ ਤੁਹਾਨੂੰ ਇਸ ਕਰਕੇ ਦਿਖਾ ਰਿਆ ਕਿ ਕਿਸਾਨ ਕਹਿੰਦੇ ਨੇ ਕਿ PR 131 ਫੇਲ ਹੈ ਕਿਸਾਨ ਵੀਰੋ ਵੈਰਾਈਟੀ ਕਦੇ ਵੀ ਕੋਈ ਫੇਲ ਨਹੀਂ ਹੁੰਦੀ ਸਿਰਫ ਇੱਕ ਇਹ ਹੁੰਦਾ ਹੈ ਏਰੀਏ ਦੇ ਹਿਸਾਬ ਨਾਲ ਕਿਹੜੀ ਵੈਰਾਈਟੀ ਕਿੱਥੇ ਕੀ ਲੱਗ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ 121 122 106 111 ਇਹ ਵੈਰਾਈਟੀਆਂ 118 ਇਹ ਵੈਰਾਈਟੀਆਂ ਹਲੇ ਵੀ ਬਹੁਤ ਜਗ੍ਹਾ 'ਚ ਲੱਗ ਰਹੀਆਂ ਨੇ ਔਰ ਸਾਡੇ ਇਹ ਵੈਰਾਈਟੀਆਂ ਬਿਲਕੁਲ ਵੀ ਸਾਡੇ ਏਰੀਏ ਦੇ ਵਿੱਚ ਨਹੀਂ ਲੱਗ ਰਹੀਆਂ ਤਾਂ ਇਹ ਤੁਸੀਂ ਦੇਖੋ ਸਾਰਾ ਖੇਤ ਸਾਰਾ ਉੱਪਰ ਤੱਕ ਤੁਹਾਨੂੰ ਮੈਂ ਖੇਤ ਘੁਮਾਉਣਾ ਵਿੱਚੋਂ ਕਿ ਇਹਦੇ ਵਿੱਚ ਬੌਣੇ ਬੂਟੇ ਜਿਹੜੇ ਇੱਕ ਵੀ ਬੂਟਾ ਨਹੀਂ ਆਇਆ ਇਹਦੀ ਅਸੀਂ ਦੋ ਵਾਰ ਰੋਗਿੰਗ ਕਰ ਚੁੱਕੇ ਹਾਂ ਕਿ ਕੋਈ ਅਦਰ ਬੂਟਾ ਅਲੱਗ ਪ੍ਰਜਾਤੀ ਦਾ ਵਿੱਚ ਆਉਂਦਾ ਤਾਂ ਉਹਨੂੰ ਅਸੀਂ ਕੱਢ ਚੁੱਕੇ ਹਾਂ ਤੇ ਜਿਹੜੀ ਫਾਈਨਲ ਇਹਦੀ ਰੋਗਿੰਗ ਹੈ ਉਹ ਆਪਾਂ ਕੁਝ ਦਿਨਾਂ ਬਾਅਦ ਕਰਾਂਗੇ ਕਿਉਂਕਿ ਜੋ ਦਾਣੇ ਹਰੇ ਰਹਿ ਗਏ ਉਹਨਾਂ ਨੂੰ ਆਪਾਂ ਬਾਹਰ ਕੱਢ ਦੇਣਾ ਤਾਂ ਕਿਸਾਨ ਵੀਰੋ ਇਹ ਦੇਖ ਲਓ ਤੁਸੀਂ ਖੇਤ ਅਗਰ ਕਿਸੇ ਵੀ ਕਿਸਾਨ ਵੀਰ ਨੇ ਗੱਲ ਕਰਨੀ ਹੋਵੇ ਜਾਂ ਕਮੈਂਟ ਦੇ ਵਿੱਚ ਇਸ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦਾ ਹੈ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੂੰ 303 ਦਾ ਬੀਜ ਖਰੀਦਣਾ ਹੋਵੇ ਤਾਂ ਤੁਸੀਂ ਸਾਡੇ ਸਕਰੀਨ ਦੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਕਿਸਾਨ ਵੀਰੋ ਇਹ ਦੇਖੋ ਕਿੰਨਾ ਸੋਹਣਾ ਖੜਿਆ ਹੁਣ ਤੁਸੀਂ ਆਪਦੇ ਮੁਤਾਬਿਕ ਦੱਸੋ ਵੀ ਇੰਨੇ ਜ਼ਿਆਦਾ ਦਾਣੇ ਤੁਹਾਨੂੰ ਦਾਣੇ ਹੀ ਦਾਣੇ ਦਿਖਾਈ ਦੇ ਰਹੇ ਨੇ ਪੀਆਰ 131 ਕਿਸਮ ਦੇ ਵਿੱਚ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੈਰੈਟੀ ਕਿਵੇਂ ਫੇਲ ਹੋ ਗਈ ਇੱਕ ਕਿਸਾਨ ਵੀਰੋ ਇੱਥੇ ਮੇਰੀ ਗੱਲ ਦਾ ਇੱਕ ਧਿਆਨ ਰੱਖਣਾ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਆ ਕੇ ਬੀਜ ਲਓ ਪਰ ਇੱਕ ਚੀਜ਼ ਦਾ ਇਹ ਖਿਆਲ ਰੱਖਣਾ ਜਿਹੜੇ ਏਰੀਏ ਦੇ ਵਿੱਚ ਬੌਣੇ ਬੂਟੇ ਆਉਣ ਵਾਲੀ ਸ਼ਿਕਾਇਤ ਆਈ ਹੈ ਕਿਰਪਾ ਕਰਕੇ ਤੁਸੀਂ ਉਸ ਏਰੀਏ ਦੇ ਵਿੱਚੋਂ ਕਿਸੇ ਵੀ ਕਿਸਮ ਦਾ ਬੀਜ ਨਾ ਖਰੀਦਣਾ ਕਿਉਂਕਿ ਇਹ ਇੱਕ ਵਾਇਰਸ ਹੈ ਇਹ ਵਾਇਰਸ ਦਾਣੇ ਦੇ ਵਿੱਚ ਵੀ ਰਹਿ ਸਕਦਾ ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਬਿਮਾਰੀ ਤੁਹਾਡੇ ਖੇਤਾਂ ਦੇ ਵਿੱਚ ਹੁਣ ਹਰ ਸਾਲ ਆਵੇਗੀ ਕਿਉਂਕਿ ਇਸ ਬਾਰੇ ਅਸੀਂ ਜਦੋਂ ਵਿਗਿਆਨੀਕਾਂ ਨਾਲ ਗੱਲ ਕਰੀ ਸੀ ਕਿ ਬੌਣੇ ਬੂਟੇ ਜਿਹੜੇ ਖੇਤ ਦੇ ਵਿੱਚ ਆਏ ਨੇ ਇਹ ਕੀ ਬਿਮਾਰੀ ਹੈ ਤਾਂ ਵਿਗਿਆਨੀਕਾਂ ਨੇ ਇਹ ਦੱਸਿਆ ਕਿ ਅਸੀਂ ਉਸ ਟਾਈਮ ਜਦੋਂ ਮੈਂ ਗੱਲ ਕਰੀ ਤਾਂ ਕਹਰੇ ਸੀ ਕਿ ਅਸੀਂ ਟੀਮਾਂ ਬਣਾਈਆਂ ਨੇ ਪੂਸਾ ਸਸਤਾਨ ਦੇ ਵਿੱਚ ਵੀ ਹਾਲਾਂਕਿ ਪੂਸਾ ਨੇ ਇਹਦੀ ਪਰਖ ਕਰ ਲਈ ਵੀ ਇਹ ਕਿਹੜਾ ਵਾਇਰਸ ਹੈ ਜਿਸ ਕਾਰਨ ਇਹ ਬੌਣੇ ਬੂਟੇ ਰਹਿ ਗਏ ਤਾਂ ਵਿਗਿਆਨਿਕ ਦੱਸਦੇ ਕਿ ਅੱਜ ਤੋਂ 8-9 ਸਾਲ ਪਹਿਲਾਂ ਵੀ ਇੱਕ ਵਾਰ ਹੈ ਇਸੇ ਹੀ ਤਰ੍ਹਾਂ ਬਾਸਮਤੀ ਹੈ ਚਾਹੇ ਉਹ ਪੀਆਰ ਦੀ ਵੈਰੈਟੀ ਹੈ ਚਾਹੇ ਉਹ ਹਾਈਬ੍ਰਿਡ ਦੀ ਵੈਰੈਟੀ ਹੈ ਤਾਂ ਉਹਨਾਂ ਦੇ ਵਿੱਚ ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਬਿਮਾਰੀ ਆਈ ਸੀ ਤੇ ਉਸ ਤੋਂ ਬਾਅਦ ਨੈਕਸਟ ਈਅਰ ਇਹ ਬਿਮਾਰੀ ਜਿਹੜੀ ਖੇਤ ਦੇ ਵਿੱਚ ਉਹ ਬਿਲਕੁਲ ਸਮਾਪਤ ਹੋ ਗਈ ਜੀ ਤਾਂ ਕਿਸੇ ਵਿਗਿਆਨੀ ਕਾ ਨੇ ਇਹ ਗੱਲ ਕਹੀ ਕਿ ਅਸੀਂ ਇਹ ਸੋਚਿਆ ਕਿ ਜਿਵੇਂ ਹੁਣ ਚੰਗੇ ਚੰਗੇ ਫੰਗੀਸਾਈਡ ਜਿਵੇਂ ਨਟਿਵੋ ਹੋਗੇ ਐਮਿਸਟਾਰ ਟੋਪ ਹੋਗੇ ਔਰ ਕਸਟੋਡੀਆ ਹੋ ਗਿਆ ਗਲੀਲੀਓ ਹੋ ਗਿਆ ਐਜ਼ ਅ ਟੈਕਨੀਕਲ ਹੁਣ ਤੁਹਾਨੂੰ ਤੁਸੀਂ ਸਭ ਜਾਣਦੇ ਹੋ ਆਗੇ ਮਾਰਕੀਟ ਦੇ ਵਿੱਚ ਤਾਂ ਅਸੀਂ ਇਹ ਸੋਚਿਆ ਕਿ ਹੋ ਸਕਦਾ ਹੈ ਕਿ ਹੁਣ ਵਧੀਆ ਟੈਕਨੀਕਲ ਵਾਲੀ ਜਿਹੜੀ ਫੰਗੀਸਾਈਡ ਆਗੇ ਕਿਸਾਨ ਉਹ ਜੀ ਜ਼ਿਆਦਾ ਯੂਜ਼ ਕਰਨ ਲੱਗੇ ਕਿ ਹੋ ਸਕਦਾ ਕੋਈ ਕਿਸੇ ਤਰ੍ਹਾਂ ਦੀ ਫੰਗਸ ਹੋਵੇ ਜਿਸ ਕਾਰਨ ਇਹ ਫੰਗਸ ਖਤਮ ਹੋ ਗਈ ਹੋਵੇ ਲੇਕਿਨ ਇਹ ਵਾਇਰਸ ਹੈਗਾ ਤੇ ਇਹ ਵਾਇਰਸ ਹੁਣ 8-9 ਸਾਲਾਂ ਬਾਅਦ ਇੱਕ ਵਾਰ ਫਿਰ ਦੁਬਾਰੇ ਆਇਆ ਤੇ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਵਾਇਰਸ ਹਰ ਸਾਲ ਹੀ ਤੁਹਾਡੇ ਖੇਤਾਂ ਦੇ ਵਿੱਚ ਹੁਣ ਆਇਆ ਕਰੇਗਾ ਕਿਉਂਕਿ ਕਈ ਕਿਸਾਨ ਇੰਨਾ ਡਰ ਕੇ ਕਿ ਇਹ ਸੋਚਦੇ ਨੇ ਯਾਰ ਇਸ ਵਾਰ ਸਾਡੇ ਖੇਤ ਦੇ ਵਿੱਚ ਵਾਇਰਸ ਆ ਗਿਆ ਅਗਲੀ ਵਾਰ ਇੱਥੇ ਆਪਾਂ ਜੇ ਜੀਰੀ ਲਾਵਾਂਗੇ ਦੁਬਾਰਾ ਝੋਨਾ ਲਾਵਾਂਗੇ ਤਾਂ ਕਿਤੇ ਫਿਰ ਨਾ ਇਹ ਵਾਇਰਸ ਸਾਡੇ ਖੇਤਾਂ ਦੇ ਵਿੱਚ ਆ ਜਾਏ ਤੇ ਸਾਨੂੰ ਫਿਰ ਪਿਛਲੀ ਵਾਰਤਨਾ ਜੋ ਕਿ ਝੋਨੇ ਵੋਹਣੇ ਪੈ ਜਾਣ ਤਾਂ ਇਹ ਜੀ ਕਿਸਾਨ ਵੀਰੋ ਕੋਈ ਗੱਲਬਾਤ ਨਹੀਂ ਹੈਗੀ ਇਸ ਚੀਜ਼ ਤੋਂ ਨਾ ਘਬਰਾਓ ਬਾਕੀ ਇਹ ਹੈ ਕਿ ਚੰਗੇ ਬੀਜਾਂ ਦੀ ਪਛਾਣ ਕਰਕੇ ਹੀ ਬੀਜ ਖਰੀਦੋ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਸਾਡੇ ਤੁਸੀਂ ਸਾਡਾ ਖੇਤ ਦੇਖ ਰਹੇ ਹੋ ਦੇਖੋ ਕਿਤੇ ਵੀ ਤੁਹਾਨੂੰ ਸਾਡੇ ਖੇਤ ਦੇ ਵਿੱਚ ਬੋਨਾ ਬੂਟਾ ਨਹੀਂ ਦਿਖਾਈ ਦੇਵੇਗਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਿਸਾਨ ਵੀਰੋ ਜਰੂਰ ਕਰਿਓ ਧੰਨਵਾਦ ਜੀ